ਹੁਣ ਗੈਰ ਕਾਨੂੰਨੀ ਕਲੋਨੀਆਂ ਨੂੰ ਲੈ ਕੇ ਵੀ ਸਰਕਾਰ ਪੂਰੀ ਤਿਆਰੀ ਦੇ ਵਿੱਚ ਹੈ, ਕਹਿੰਦੇ ਕਿ ਇਹੋ ਜਿਹਾ ਨਿਯਮ ਇਹੋ ਜਿਹੇ ਕਾਨੂੰਨ ਬਣਨਗੇ ਕਿ ਹੁਣ ਲੋਕ ਜਿਹੜੇ ਖੱਜਲ ਹੋ ਰਹੇ ਆ, ਗੈਰ ਕਾਨੂੰਨੀ ਕਲੋਨੀਆਂ ਜਿਹੜੀਆਂ ਨੇ ਖੁੰਭਾਂ ਵਾਂਗ ਉੱਗੀਆਂ, ਉਹਨਾਂ ਉੱਤੇ ਨੱਥ ਪੈਣੀ ਹੈ, ਕੰਟਰੋਲ ਹੋਣਾ। ਇਹ ਗੈਰ ਕਾਨੂੰਨੀ ਕਲੋਨੀਆਂ ਇਹ ਬਿਮਾਰੀ ਆ ਪੰਜਾਬ ਦੀ, ਇੱਕ ਬਹੁਤ ਵੱਡੀ ਬਿਮਾਰੀ ਹੈ, ਖਾਸ ਕਰਕੇ ਜਿਹੜੇ ਪੰਜਾਬ ਦੇ ਮੈਟਰੋ ਸ਼ਹਿਰ ਬਣ ਚੁੱਕੇ ਹੋ, ਚਾਹੇ ਮੋਹਾਲੀ ਆ, ਚਾਹੇ ਉਹ ਪਟਿਆਲਾ, ਚਾਹੇ ਅੰਮ੍ਰਿਤਸਰ ਆ, ਚਾਹੇ ਨਾ ਜਿੱਥੇ ਜਿੱਥੇ ਵੀ ਆ ਲੋਕ, ਕਿਉਂਕਿ ਅੱਜ ਕੱਲ੍ਹ ਪਿੰਡਾਂ 'ਚੋਂ ਬਾਹਰ ਨਿਕਲ ਕੇ ਲੋਕ ਸ਼ਹਿਰਾਂ 'ਚ ਰਹਿਣਾ ਚਾਹੁੰਦੇ ਨੇ, ਜਾਂ ਰੁਜ਼ਗਾਰ ਦੀ ਖਾਤਰ ਲੋਕ ਸ਼ਹਿਰਾਂ ਦੇ ਨੇੜੇ ਆਉਂਦੇ ਹੈਗੇ ਨੇ। ਹੁਣ ਸਵਾਲ ਇਹ 'ਤੇ ਜਿਹੜੀ ਗੈਰ ਕਾਨੂੰਨੀ ਕਲੋਨੀਆਂ ਇਹ ਖੁੰਭਾਂ ਵਾਂਗੂ ਆ ਕਰਕੇ ਬਹੁਤੇ ਤਾਂ ਖਾਲੀ ਪਿੰਡ 14-14 ਮੰਦਰ ਮੰਜ਼ਲੀਆਂ ਫਲੈਟ, ਉਹਨੂੰ ਮਾਡਰਨ ਸਲੰਮ ਕਹਿ ਲਓ, ਪਰ ਸਵਾਲ ਹੈ ਕਿ ਸਰਕਾਰ ਕੀ ਕਰਦੀ ਸੀ, ਪਿਛਲੀਆਂ ਸਰਕਾਰਾਂ ਹੁਣ ਵੀ ਕੀ ਕਰਦੇ ਨੇ। ਪਹਿਲਾਂ ਕਹਿੰਦੇ ਕਿ ਜੇ ਕਿਸੇ ਨੇ ਰੀਅਲ ਅਸਟੇਟ ਦੀ ਤਿਆਰ ਕਰਨਾ ਹੈਗਾ, ਪਹਿਲਾਂ ਜੀ 500 ਏਕੜ, ਫਿਰ 250 ਏਕੜ, ਫਿਰ ਇਹ 50 ਏਕੜ 'ਤੇ ਆ ਗਏ, ਫਿਰ ਇਹ 25 ਏਕੜ 'ਤੇ ਆ ਗਏ, ਫਿਰ ਇਹ ਹੁਣ 5 ਏਕੜ 'ਤੇ ਆ ਗਏ ਨੇ। ਵੀ ਜੇ ਤੁਸੀਂ 5 ਏਕੜ ਜ਼ਮੀਨ 'ਤੇ ਵੀ ਫਲੈਟ ਬਣਾ ਕੇ ਵੇਚ ਦਿਓ ਤਾਂ ਕੋਈ ਗੱਲ ਨਹੀਂ। ਹੁਣ ਸਵਾਲ ਹੈ ਕਿ ਲੋਕ ਸੋਚਦੇ ਚਲੋ 5 ਏਕੜ ਸਸਤਾ ਮਿਲ ਜਾਂਦਾ ਹੈਗਾ, ਉੱਥੇ ਕੀ ਨਾ ਸਵਾਲ ਤਾਂ ਪਹਿਲਾਂ ਕਿ ਸਭ ਤੋਂ ਪਹਿਲਾਂ ਸਰਕਾਰ ਨੂੰ ਕੀ ਚਾਹੀਦਾ ਕਿ ਇੱਕ ਘੱਟੋ ਘੱਟ ਜਿਹੜਾ ਇਹਨਾਂ ਦੀ ਗਮਾਡਾ ਜਾਂ ਇਹਨਾਂ ਦਾ ਪੁੱਡਾ ਜਾਂ ਲੁਧਿਆਣਾ ਗਲਾਡਾ ਅੰਮ੍ਰਿਤਸਰ ਆਡਾ ਜਲੰਧਰ JDA ਬਠਿੰਡਾ ਹੋ ਗਿਆ, ਇੱਥੇ ਸਾਰਿਆਂ ਨੂੰ ਚਾਹੀਦਾ ਕਿ ਪਹਿਲਾਂ ਮਨਜ਼ੂਰਸ਼ੁਦਾ ਪਾਉਣੀਆਂ ਚਾਹੀਦੀਆਂ ਕਲੋਨੀਆਂ, ਔਰ ਲੋਕਾਂ ਨੂੰ ਹੋਵੇ ਕਿ ਮਨਜ਼ੂਰਸ਼ੁਦਾ ਕਲੋਨੀਆਂ ਨੇ, ਅਸੀਂ ਉੱਥੇ ਜਗ੍ਹਾ ਲਈਏ। ਗੈਰ ਕਾਨੂੰਨੀ ਕਲੋਨੀਆਂ ਦੇ ਵਿੱਚ ਕੌਣ ਕਸੂਰਵਾਰ? ਤੁਹਾਡੇ ਸਾਰੇ ਡਿਪਾਰਟਮੈਂਟ, ਤੁਹਾਡੇ ਸਾਰੇ ਡਿਪਾਰਟਮੈਂਟ ਦੇ ਲੋਕ ਰਿਲੇ ਨੇ, ਚਾਹੇ ਐਕਸਾਈਜ਼ ਉਹ ਬਿਜਲੀ ਡਿਪਾਰਟਮੈਂਟ ਵਾਲੇ, ਚਾਹੇ ਹੈਲਥ ਵਾਲੇ ਉਹ ਜਿਹੜੇ ਪਬਲਿਕ ਹੈਲਥ ਵਾਲੇ, ਚਾਹੇ ਬਿਜਲੀ ਡਿਪਾਰਟਮੈਂਟ ਹੋ ਗਿਆ, ਚਾਹੇ ਵਾਟਰ ਸੀਵਰੇਜ ਵਾਲੇ ਹੋ ਗਏ, ਜਦੋਂ ਉੱਥੇ ਬਿਜਲੀ ਦੇ ਖੰਭੇ ਲੱਗ ਜਾਂਦੇ ਨੇ, ਉਹਨਾਂ ਨੂੰ ਪਤਾ ਨਹੀਂ ਉਹਨਾਂ ਨੇ ਗੈਰ ਕਾਨੂੰਨੀ ਬਿਲ ਏਰੀਆ ਦੇ ਵਿੱਚ ਖੰਭੇ ਕਿਵੇਂ ਲਾ ਤੇ, ਬਿਜਲੀ ਦੇ ਕਨੈਕਸ਼ਨ ਕਿਵੇਂ ਦੇ ਤੇ, ਪਾਣੀ ਦੇ ਪਾਈਪ ਕਿਵੇਂ ਪੈ ਗਏ, ਉਹ ਸਾਰੇ ਕਿਵੇਂ ਉਹ ਸਾਰੇ ਮਤਲਬ ਉਦੋਂ ਇਹ ਪੈਸੇ ਲੈ ਲੈਂਦੇ ਅਫਸਰ, ਅਤੇ ਫਿਰ ਗਰੀਬ ਵਿਚਾਰਾ ਕੀ ਕਹਿੰਦਾ ਕਿ ਜੇ ਇੱਥੇ ਨੇੜੇ ਤੇੜੇ ਨੇ ਤਾਂ ਆਪਾਂ ਹੋਰ ਥੋੜ੍ਹਾ ਸਸਤਾ ਲੈ ਲਗੇ, ਉੱਥੇ 10,000 ਗਜ, 15,000 ਗਜ, 20,000 ਰੁਪਏ ਗਜ ਆ, ਬਾਅਦ ਜਦੋਂ ਪਤਾ ਲੱਗਦਾ ਤਾਂ ਇਹ ਗੈਰ ਕਾਨੂੰਨੀ ਆ। ਹੁਣ ਲੋਕਾਂ ਨੇ ਤਾਂ ਰਜਿਸਟਰੀ ਵੀ ਹੋ ਗਈ, ਲੋਕ ਤੜਫਦੇ ਨੇ ਵੀ ਪੂਰਾ ਸੀਵਰੇਜ ਵੀ ਨਹੀਂ ਪਿਆ, ਲਾਈਟਾਂ ਵੀ ਨਹੀਂ ਪੂਰੀਆਂ ਹੈਗੀਆਂ, ਤਾਂ ਅਸੀਂ ਠੱਗੇ ਗਏ ਨੇ, ਫਿਰ ਉਹਦੀ ਗਾਂਹ ਰਜਿਸਟਰੀ ਨਹੀਂ ਹੁੰਦੀ। ਹੁਣ ਉਸ ਰੌਲੇ ਦੀ ਖਾਤਰ ਅਗਰ ਕੋਈ ਸਖ਼ਤ ਕਾਨੂੰਨ ਅਗਰ ਭਗਵੰਤ ਮਾਨ ਸਾਹਿਬ ਬਣਾ ਗਏ, ਹੁਣ ਕਿਉਂ ਨਹੀਂ ਸੀ NOC ਲਾਤੀ ਸ਼ਰਤ, ਕਿਉਂਕਿ ਉਹ ਕਹਿੰਦੇ ਕਿ NOC ਲੈ ਕੇ ਆਓ, NOC ਦੇ ਨਾਲ ਅਫਸਰਾਂ ਦੀਆਂ ਮੌਜਾਂ ਲੱਗ ਗਈਆਂ, ਅੰਦਰ ਖਾਤੇ ਪੈਸੇ ਚੱਲਣੇ ਸ਼ੁਰੂ ਹੋ ਗਏ। ਹੁਣ NOC ਭਾਵੇਂ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੇ ਕਹਿ ਦਿੱਤਾ ਉਹਨਾਂ ਨੇ ਪੈਸੇ ਕਮਾਉਣ ਦਾ ਰਾਹ ਹੋਰ ਲੱਭ ਲੈਣਗੇ, ਪਰ ਘੱਟੋ ਘੱਟ ਕਾਨੂੰਨ ਜਿਹੜਾ ਉਹਦੀ ਬੜੀ ਸਖ਼ਤ ਜ਼ਰੂਰਤ ਹੈ ਕਿ ਜਿੱਥੇ ਵੀ ਹੈਗੇ ਆ 25 ਏਕੜ ਤੋਂ ਥੱਲੇ ਕੋਈ ਵੀ ਜਿਹੜੀ ਸੁਸਾਇਟੀ ਅਪਰੂਵਡ ਨਹੀਂ ਹੋਣੀ ਚਾਹੀਦੀ ਹੈਗੀ। ਹੁਣ ਕੀ ਲੋਕ ਕਹਿੰਦੇ ਚੰਡੀਗੜ੍ਹ ਦਾ ਬੜਾ ਲੋਕਾਂ ਨੂੰ ਕਰੇਜ਼ ਆ, ਪਹਾੜਾਂ ਦੇ ਵਿੱਚ 5-5 ਏਕੜ ਜ਼ਮੀਨ ਲੈ ਕੇ ਲੋਕਾਂ ਨੇ ਉੱਥੇ ਕਲੋਨੀਆਂ ਕੱਢਤੇ ਆਈਆਂ, ਤੁਸੀਂ ਸਾਰੇ ਪਾਸੇ ਜਦੋਂ ਕਲੋਨੀਆਂ ਹੈਗੀਆਂ ਨੇ, ਉਹ 10-12 ਅਗਰ ਬੰਦੇ ਇਕੱਠੇ ਹੁੰਦੇ ਨੇ ਜਾਂ ਕਿਸੇ ਦੇ ਰੋਡ 'ਤੇ ਕਿਸੇ ਦੇ ਜ਼ਿਮੀਦਾਰ ਦੇ 5-6 ਕਿੱਲੇ ਹੈਗੇ ਨੇ, ਉਹ ਕਹਿੰਦਾ ਚਲੋ ਇੱਥੇ ਫਲੈਟ ਕੱਟੋ ਅਤੇ ਵੇਚੋ, ਵੀ ਪਤਾ ਨਹੀਂ ਕਿੱਲੇ ਜੋ ਹੁਣ ਕਣਕ ਝੋਨੇ ਤੋਂ ਇਲਾਵਾ ਕਿੰਨਾ ਕੀ ਆ ਜਾਂਦਾ ਸਾਲ ਬਾਅਦ, ਪਤਾ ਨਹੀਂ ਕਦੇ ਮੀਂਹ ਪੈ ਗਿਆ, ਕਦੇ ਖਰਾਬਾ ਮੰਗਦੇ, ਕੋਈ ਗਰਦੌਰੀਆਂ ਹੁੰਦੇ ਪੋਰ ਰਹੋ। ਹੁਣ ਭਗਵੰਤ ਮਾਨ ਸਾਹਿਬ ਕਹਿ ਰਹੇ ਨੇ ਕਿ ਅੱਜ ਉਹਨਾਂ ਨੇ ਫੈਸਲਾ ਲਿਆ, ਮੁੱਖ ਸਕੱਤਰ ਦੇ ਨਾਲ ਮੀਟਿੰਗ ਕੀਤੀ, ਜਾਂ ਉਹਨਾਂ ਨੇ ਜਿਹੜੇ ਲੋਕਲ ਬਾਡੀ ਮਿਨਿਸਟਰ ਬਲਕਾਰ ਸਿੰਘ ਜੀ, ਬ੍ਰਹਮ ਸ਼ੰਕਰ ਜਿੰਪਾ ਮਾਲ ਮੰਤਰੀ, ਉਹਨਾਂ ਨੇ ਸਾਰਿਆਂ ਨੇ ਮੀਟਿੰਗ ਕੀਤੀ ਹੈ ਕਿ ਇਹ ਜਿਹੜੀਆਂ ਗੈਰ ਕਾਨੂੰਨੀ ਕਲੋਨੀਆਂ ਨੂੰ ਨੱਥ ਪਾਉਣ ਵਾਸਤੇ, ਨਕੇਲ ਪਾਉਣ ਵਾਸਤੇ ਅਸੀਂ ਇੱਕ ਸਖ਼ਤ ਕਾਨੂੰਨ ਬਣਾ ਰਹੇ। ਬੜੀ ਜ਼ਰੂਰਤ ਆ, ਸਖ਼ਤ ਕਾਨੂੰਨ ਦੀ ਜ਼ਰੂਰਤ ਆ, ਔਰ ਇਹਦੇ ਨਾਲ ਕੀ
ਹੋਊਗਾ ਕਿ ਘੱਟੋ ਘੱਟ ਲੋਕ ਨਹੀਂ ਠੱਗੇ ਜਾਣਗੇ ਔਰ ਸਰਕਾਰ ਨੂੰ ਇਨਕਮ ਵੀ ਵਧੇਗੀ ਕਿ ਪਤਾ ਇਹ ਜਿਹੜੀ ਕਲੋਨੀ ਆ ਇਹ ਸਰਕਾਰ ਤੋਂ ਮਨਜ਼ੂਰ ਸ਼ੁਦਾ ਜਿਹੜੀਆਂ ਸਰਕਾਰ ਨੂੰ ਗੈਰ ਕਾਨੂੰਨੀ ਆ ਜਾਂ ਜਿਹੜੀਆਂ ਨਹੀਂ ਮਨਜ਼ੂਰ ਹੈਗੀਆਂ ਉਹ ਤਾਂ ਅਫਸਰ ਹੀ ਪੈਸੇ ਲਈ ਜਾਂਦੇ ਉਹ ਤਾਂ ਸਰਕਾਰੀ ਦੇ ਖਜ਼ਾਨੇ 'ਚ ਵਿੱਚ ਨਹੀਂ ਆਉਂਦੇ ਔਰ NOC ਹਟਾ ਕੇ ਲੋਕਾਂ ਦੀ ਖੱਜਲ ਖੁਆਰੀ ਰੁਕੇਗੀ ਲੋਕਾਂ ਨੂੰ ਰਾਹਤ ਮਿਲੂਗੀ ਸਰਕਾਰ ਦੇ ਕੋਲ ਪੈਸੇ ਆਉਣਗੇ ਅਤੇ ਜੇ ਗੈਰ ਕਾਨੂੰਨੀ ਜਿਹੜੀਆਂ ਕਲੋਨੀਆਂ ਨੇ ਇਹਦੇ ਨਾਲ ਜਿਹੜਾ ਵਾ ਇਹ ਸਰਕਾਰ ਨੂੰ ਫਾਇਦਾ ਹੋਊਗਾ। ਪਹਿਲਾਂ ਵੀ ਕੀ ਕਰਦੇ ਸੀ ਜਦੋਂ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਗਈ ਅਤੇ ਬਾਦਲ ਅਕਾਲੀਆਂ ਦੀ ਸਰਕਾਰ ਆ ਗਈ ਅਤੇ ਉਹ ਵਾਲੇ ਕੰਮ ਰੋਕ ਦਿੱਤੇ ਗਏ ਫਿਰ ਇਹਨਾਂ ਦੀ ਹੈਗੇ ਫਿਰ ਉਹਨਾਂ ਕਲੋਨੀਆਂ ਦੇ ਉਦਘਾਟਨ ਨਵੀਂ ਸਰਕਾਰ ਕਰਨ ਲੱਗ ਪਈ। ਹੁਣ ਵੀ ਜਿਹੜੀਆਂ ਅਕਾਲੀ ਦਲ ਵੇਲੇ ਜਾਂ ਕਾਂਗਰਸ ਵੇਲੇ ਜਿਹੜੀਆਂ ਖੁੰਭਾਂ ਵਾਂਗੂ ਗੈਰ ਕਾਨੂੰਨੀ ਕਲੋਨੀਆਂ ਉੱਠ ਬਣੀਆਂ ਸੀ ਹੁਣ ਇਹ ਸਰਕਾਰ ਨੇ ਆ ਕੇ ਰੋਕਤੇ ਹੁਣ ਕੀ ਹੋਊਗਾ। ਹੁਣ ਜਿੰਨੀਆਂ ਵੀ ਗੈਰ ਕਾਨੂੰਨੀ ਕਲੋਨੀਆਂ ਉਹਨੂੰ ਇੱਕ ਕੱਢੀ ਜਾਊਗੀ ਆਖਰੀ ਆਹ ਤਰੀਕ ਆ ਮਨਜ਼ੂਰ ਕਰਵਾ ਲਓ ਉਹ ਫਿਰ ਜਿੰਨੇ ਗੈਰ ਕਲੋਨੀ ਕਲੋਨੀ ਵਾਲੇ ਲੋਕ ਨੇ ਗਰੁੱਪ ਨੇ ਧੜਾ ਇੱਕ ਯੂਨੀਅਨ ਬਣੀ ਹੋਊਗੀ ਇਕੱਠੇ ਹੋਣਗੇ ਫੰਡ ਇਕੱਠਾ ਕਰਨਗੇ ਉਹ ਕਿਸੇ ਨਾ ਕਿਸੇ ਰੂਪ ਦੇ ਵਿੱਚ ਕਿਸੇ ਦੇ ਖਾਤੇ ਚਲੇ ਜਾਣਗੇ ਚਲੋ ਜੀ ਪਾਸ ਫਿਰ ਹੋਰ ਕਿਸੇ ਰਾਜੇ ਦੀ ਪ੍ਰਜਾ ਆ ਜਾਣੀ ਹੈ ਫਿਰ ਉਹੀ ਸਿਲਸਿਲਾ ਚੱਲਦਾ ਰਹੇਗਾ। ਲੇਕਿਨ ਅਗਰ CM ਭਗਵੰਤ ਮਾਨ ਸਾਹਿਬ ਲਾਜ਼ਮੀ ਤੌਰ 'ਤੇ ਅਗਰ ਕੋਈ ਸਖ਼ਤ ਕਾਨੂੰਨ ਬਣਾਗੇ ਅਤੇ ਘੱਟੋ ਘੱਟ ਲੋਕਾਂ ਦੀ ਇੱਕ ਤਾਂ ਲੁੱਟ ਬਚੂਗੀ ਅਤੇ ਸਰਕਾਰ ਦਾ ਖਜ਼ਾਨਾ ਭਰੂਗਾ। ਔਰ ਕਹਿੰਦੇ ਨੇ ਕਿ ਉਹਨਾਂ ਨੇ ਅਫਸਰਾਂ ਨੂੰ ਕਹਿ ਦਿੱਤਾ ਹਦਾਇਤ ਜਾਰੀ ਕਰ ਦਿੱਤੀ ਆ ਕਿ ਜਿਹੜਾ ਹੁਣ ਆਪਣਾ ਇਹ ਬਜਟ ਸੈਸ਼ਨ ਆਉਣਾ ਵਾ ਬਜਟ ਸੈਸ਼ਨ ਦੇ ਵਿੱਚ ਖਰੜਾ ਤਿਆਰ ਕਰਕੇ ਪੇਸ਼ ਕੀਤਾ ਜਾਵੇ ਅਤੇ ਜਿੱਦਣ ਉਹ ਪੇਸ਼ ਕਰ ਦਿੱਤਾ ਗਿਆ ਲਾਜ਼ਮੀ ਤੌਰ 'ਤੇ ਪਾਸ ਹੋ ਜੂਗਾ ਗਵਰਨਰ ਦੀ ਮੋਹਰ ਲੱਗ ਜੂ ਅਤੇ ਕਾਨੂੰਨ ਬਣ ਜੂਗੀ ਸਰਕਾਰ ਦਾ ਖਜ਼ਾਨਾ ਭਰ ਜੂਗਾ ਅਤੇ ਲੋਕਾਂ ਦੀ ਲੁੱਟ ਸੁੱਟ ਰੁਕ ਜੂਗੀ।